जेकर तुहाडे परिवार दे विच जेकर कोई खारिश का मरीज़ है ना तो शर्ती इलाज इस सरोवर दे विच इशनान करन दे नाल हुंदा इत्थे खुरक नहीं सब बच्चे बच्चे कोई भी आओ टेंडंग नहाओ खुरक नहीं हुंदी ये जांडे पानी की बोतल ले जाओ करें आप जाके आप नहाओ परिवार नूं नहा लो कितने बड़े रुपए डर हो गई है जिड़े लोग उन्हें कहने ना कि मैं लख लाता दो लख लाता सब बिना पैसे राजी होकर जा रहे हैं किड्डी भी मर्जी खारिश है पुरानी तो पुरानी खारिश है जी डॉक्टरों तो ठीक नहीं होंगी वो इतने तीन बार इशनान करने के नाल ठीक हो जाती है। सत श्री अकाल तुसी देख रहे हो सफर टीवी। जेकर तुहाडे या तुहाडे परिवार चों किसी नूं भी कोई चमड़ी का रोग है या कोई खारिश है पुरानी तो पुरानी जिहड़ी डाक्टरां कोले जा जा तुसी थक गए हो ठीक नहीं हो रही तां इह वीडियो खास तुहाडे लई है। जेकर तुहाडे परिवार दे विच जेकर कोई खारिश का मरीज़ है ना तो शर्ती इलाज इस सरोवर दे विच इशनान करन दे नाल हुंदा है। यह वीडियो नाल लगातार बने रहो वीडियो नूं अगे तो अगे शेयर करो। इस सरोवर का तुहानूं इतिहास भी दसांगे किवें खास वार एक बाबा जी वालों इस सरोवर नूं दिता गया कि तीन बार जिहड़ा भी चमड़ी का पुराने तो पुराना मरीज़ होगा ये इशनान तीन बार करेगा तो उहदा चमड़ी का रोग तो खारिश की बीमारी बिल्कुल ठीक हो जाऊगी। अज असी ज़िला संगरूर के पिंड कणकवाल भंगुआ दे विच मौजूद हाँ तो सरोवर है इत्थे जिहड़ी भी संगत तीन बार इत्थे इशनान करेगी शनिवार ज ऐतवार तीन हफ्ते इत्थे आके इशनान करेगी उहदी चमड़ी का रोग तो खारिश का रोग बिल्कुल ठीक हो जाऊगा। पिंड दे बजुर्गों तो पुछदे हाँ कि इत्थों का इतिहास रहिंदा सरोवर का तो कि मानता इत्थे है इस सरोवर बारे तो कितों कितों संगत आउंदी है तो किवें उन्हां नूं फर्क पैंदा आ जो गलबात कर लैने आ। साडे नाल पिंड दे बजुर्ग कुछ के बैठे है उन्हां तों जानकारी लैने आ कि की सरोवर की मानता है कि सचमुच तीन बार इशनान करन दे नाल चमड़ी के सारे रोग ठीक हो जाते हैं तो दूरों दूरों संगत भी आउंदी है। सारी गलबात बाबा जी होरां नाल करदे आ। बाबा जी ये ਕਿਹੜੇ ਬਾਬਾ ਜੀ ਵੱਲੋਂ ਵਰ ਦਿੱਤਾ ਗਿਆ ਇਸ ਸਰੋਵਰ ਨੂੰ ਕਿ ਇੱਥੇ ਜਿਹੜਾ ਵੀ ਮਰੀਜ਼ ਆਊਗਾ ਚਮੜੀ ਦੇ ਚਮੜੀ ਤੋਂ ਉਹ ਵੀ ਉਹ ਠੀਕ ਹੋ ਜਾਊਗਾ? ਇੱਥੇ ਜੀ ਸਾਡੇ ਇੱਕ ਡੇਰਾ ਹੈ ਉਹ 'ਚ ਸੰਤ ਬਾਬਾ ਕੌਲਦਾਸ ਜੀ ਰਹਿੰਦੇ ਹੁੰਦੇ ਉਹਦੇ ਕੋਲ ਇੱਕ ਰਾਜਸਥਾਨ ਤੋਂ ਸੁਣਿਆ ਵੀ ਰਾਜਸਥਾਨ 'ਚੋਂ ਆਇਆ ਬੰਦਾ ਬਹੁਤ ਜ਼ਿਆਦਾ ਉਹਦੇ ਖੁੱਕ ਜ਼ਿਆਦਾ ਸੀ। ਸੰਤ ਕਹਿਣ ਲੱਗੇ ਭਾਈ ਤੂੰ ਕਹਿੰਦਾ ਜੀ ਮੈਂ ਤਾਂ ਹਰਿਦੁਆਰ ਜਾ ਕੇ ਡੁੱਬ ਕੇ ਮਰੂੰਗਾ ਮੇਰਾ ਟੰਗ ਆ। ਸੰਤ ਕਹਿਣ ਲੱਗੇ ਭਾਈ ਐਂ ਕਰ ਇੱਥੇ ਇੱਕ ਛਾਪੜੀ ਜੀ ਹੈ ਤੂੰ ਉਹ 'ਚ ਨਾ ਆਇਆ ਇੱਥੇ ਹੁੰਦੀਆਂ ਪਹਿਲਾਂ ਰੂੜੀਆਂ ਲੱਗੀਆਂ ਹੁੰਦੀਆਂ ਸਣਾ ਦਬਦੇ ਲੋਕ ਸਨੁਕੜੇ ਬਾਣ ਵੱਡਣ ਦੇ ਨਾਲ ਜਦੋਂ ਜੀ ਉਹ ਨਾ ਲਿਆ ਉਹਦਾ ਟੱਡੀ ਵਰਗਾ ਹੋ ਗਿਆ। ਉਸ ਤੋਂ ਬਾਅਦ ਉਹਨਾਂ ਬਚਨਾਂ ਤੋਂ ਬਾਅਦ ਇਹ ਸਣਾ ਲੱਭਣੋਂ ਹਟ ਗਈਆਂ ਰੂੜੀਆਂ ਲੋਕਾਂ ਨੇ ਚੱਕ ਲਈਆਂ ਇੱਥੇ ਖੁਰ ਘੱਟਣ ਲੱਗ ਗਈ। ਸਭ ਬੱਚੇ ਬੱਚੇ ਜੀ ਕੋਈ ਵੀ ਆਓ ਟਿੰਡੰਗ ਨਹਾਓ ਖੁਰਕ ਨਹੀਂ ਦਿੰਦੀ। ਬਾਬਾ ਜੀ ਕਈ ਜਗ੍ਹਾ 'ਤੇ ਇਹ ਹੁੰਦਾ ਹੈ ਕਿ ਕਈ ਲੋਕਾਂ ਨੇ ਨਾ ਦੁਕਾਨਦਾਰੀ ਵਪਾਰ ਬਣਾ ਲਿਆ ਹੁੰਦਾ ਕੋਈ ਇੱਥੇ ਗੱਲਾਂ ਜਾਂ ਕੋਈ ਇੱਥੇ ਕੋਈ ਕਮੇਟੀ ਇੱਥੇ ਇਹੋ ਜਿਹਾ ਕੁਛ ਤਾਂ ਨਹੀਂ ਹੈਗਾ? ਦੇਖੋ ਜੀ ਕਮੇਟੀ ਜੀ ਹੈ ਨਹੀਂ ਅਸੀਂ ਆਮ ਜਿਵੇਂ ਹੁਣ ਅਸੀਂ ਬੈਠੇ ਹਾਂ ਅਸੀਂ ਸਾਨੂੰ ਹੀ ਕਮੇਟੀ ਸਮਝ ਲੈ ਅਸੀਂ ਤਾਂ ਜੀ ਸਫਾਈ ਸਫਾਈ ਕਰਵਾਉਂਦੇ ਹਾਂ ਕੱਲੀ। ਜਾਣੀ ਕੋਈ ਪੈਸੇ ਦੀ ਕੋਈ ਇਹ ਨਹੀਂ ਹੈਗਾ ਕਿ ਪੈਸੇ ਚੜ੍ਹਾ ਕੇ ਜਾਓ ਜੀ ਇੱਥੇ ਲਾਜ਼ਮੀ ਕੋਈ ਬੰਨਣ ਹੈ ਹੀ ਨਹੀਂ ਨਾ ਆਓ ਨਾ ਆਓ ਜਾਓ। ਅਤੇ ਬਾਬਾ ਜੀ ਜੇ ਮੈਂ ਗੱਲ ਕਰਾਂ ਕਿ ਕਿੰਨੀ ਵਾਰ ਸੰਗਤ ਨੂੰ ਇੱਥੇ ਇਸ਼ਨਾਨ ਕਰਨਾ ਚਾਹੀਦਾ ਇਸ ਸਰੋਵਰ ਦੇ ਵਿੱਚ? ਮਰਿਆਦਾ ਤਿੰਨ ਡੰਗੜੀ ਹੈ ਹਾਂ ਅਤੇ ਜਾਂਡੇ ਪਾਣੀ ਦੀ ਬੋਤਲ ਲੈ ਜਾਓ ਕਰੇ ਆਪ ਜਾ ਕੇ ਆਪ ਨਹਾਓ ਪਰਿਵਾਰ ਨੂੰ ਨਹਾ ਲਓ ਕੋਈ ਛੋਟੇ ਬੱਚੇ ਨੇ ਕਿਸੇ 'ਤੇ ਹੁੰਦੀ ਹੈ ਨਹਾ ਲਓ ਕੋਈ ਚੱਕਰ ਨਹੀਂ ਹੈਗਾ। ਅਤੇ ਚਮੜੀ ਦੇ ਸਾਰੇ ਰੋਗ ਜਾਂ ਇਕੱਲੇ ਖੁਰਕ ਦਾ ਇਲਾਜ ਜਿਹੜਾ ਕੋਈ ਵੀ ਚਮੜੀ ਦਾ ਰੋਗ ਹੋਵੇ? ਖੁਰਕ ਦਾ ਜ਼ਿਆਦਾ ਹੈ ਜੀ ਅਸਲ ਸੁਣਿਆ ਤਾਂ ਨਹੀਂ ਹੈ ਕੋਈ ਹੋਰ ਰੋਗ ਠੀਕ ਹੋ ਜੇ ਪਰ ਖੁਰਕ ਦੀ ਤਾਂ ਗਰੰਟੀ ਹੈ। ਹਾਂ ਕਿੱਡੇ ਭੈੜੇ ਤੋਂ ਭੈੜਾ ਰੋਗੀ ਹੈ ਜਿਹੜੇ ਲੋਕ ਉਰੇ ਕਹਿੰਦੇ ਨਾ ਕਿ ਮੈਂ ਲੱਖ ਲਾਤਾ ਦੋ ਲੱਖ ਲਾਤਾ ਸਭ ਬਿਨਾਂ ਪੈਸੇ ਰਾਜੀ ਹੋ ਕੇ ਉਹ ਜਾ ਰਹੇ ਨੇ ਉਰੇ ਕੋਈ ਪੰਜੀ ਨਹੀਂ ਲੱਗਦੀ ਕਿਸੇ। ਹਾਂ ਬਾਈ ਜੀ ਕਿੱਡੀ ਕੁ ਦੂਰੋਂ ਇੱਥੇ ਸੰਗਤ ਆਉਂਦੀ ਹੈ ਇਸ਼ਨਾਨ ਕਰਨ? ਪਹਿਲੇ ਹਫ਼ਤੇ ਆਨੰਦਪੁਰ ਸਾਹਿਬ ਤੋਂ ਆਏ ਤੇ ਅਤੇ ਉਦੋਂ ਅਗਲੇ ਐਤਵਾਰ ਆਏ ਤੇ ਜਲੰਧਰ ਕੋਲੋਂ ਹਾਂ ਅਤੇ ਉਦੋਂ ਉਹਦੇ ਨਾਲ ਹੀ ਆਏ ਤੇ ਅੰਮ੍ਰਿਤਸਰ ਤੋਂ ਹਾਂ ਬਾਹਰ 'ਚ ਐਤਵਾਰ ਆ ਹੁਣ ਨਾਭੇ ਵਾਲੇ ਆਏ ਤੇ ਹਰਿਆਣੇ 'ਚ ਵੀ ਆਏ ਨੇ ਜਾਣੀ ਦੂਰੋਂ ਦੂਰੋਂ ਸੰਗਤ ਆਉਂਦੀ ਹੈ? ਹਾਂ ਦੂਰੋਂ ਸੰਗਤ ਆਉਂਦੀ ਹੈ ਮਤਲਬ। ਬਾਬਾ ਜੀ ਇਹ ਸ਼ਨੀਵਾਰ ਅਤੇ ਐਤਵਾਰ ਹੀ ਦਿਨ ਹੁੰਦਾ ਕਿ ਉਦਣ ਨਾ ਆਇਆ ਜਾਵੇ ਜਾਂ ਹਫ਼ਤੇ 'ਤੇ ਕੋਈ ਵੀ ਦਿਨ ਹੋਵੇ?
ਹੁਣ ਨਹਾਉਂਦੇ ਤਾਂ ਦੇਖੋ ਰੋਜ਼ ਨਹਾਉਂਦੇ ਲੋਕ, ਕੋਈ ਵੀ ਘਰੋਂ ਆ ਕੇ ਨਹਾ ਕੇ ਜਾਂਦਾ, ਪਰ ਇਹਦਾ ਜਿਹੜਾ ਦਿਨ ਹੈ ਉਹ ਵਾਰ ਅਤੇ ਐਤਵਾਰ ਹੀ ਹੈ। ਹਾਂ ਸੰਗਤ ਨੂੰ ਦੱਸਣਾ ਚਾਹੂੰਗਾ ਕਿ ਵਾਰ ਅਤੇ ਐਤਵਾਰ ਦਾ ਖਾਸ ਦਿਨ ਹੈ ਕਿ ਉਹ ਦਿਨ ਜੇਕਰ ਇਹ ਸਰੋਵਰ ਦੇ ਵਿੱਚ ਇਸ਼ਨਾਨ ਕਰ ਲਿਆ ਜਾਵੇ, ਹਫ਼ਤੇ 3 ਹਫ਼ਤੇ ਆਉਣਾ ਪਊਗਾ, ਸ਼ਨੀਵਾਰ ਜਾਂ ਐਤਵਾਰ, ਉਹ 3 ਹਫ਼ਤਿਆਂ ਦੇ ਇਹ 2 ਦਿਨ ਇਸ਼ਨਾਨ ਕਰ ਲਿਆ ਜਾਵੇ ਤਾਂ ਬਜ਼ੁਰਗ ਵੀ ਕਹਿੰਦੇ ਆ, ਇੱਥੇ ਇਤਿਹਾਸ 'ਚ ਵੀ ਲਿਖਿਆ ਕਿ ਉਹਦਾ ਕਿੱਡੀ ਵੀ ਮਰਜ਼ੀ ਖਾਰਿਸ਼ ਹੈ, ਪੁਰਾਣੀ ਤੋਂ ਪੁਰਾਣੀ ਖਾਰਿਸ਼ ਹੈ ਜਿਹੜੀ ਡਾਕਟਰਾਂ ਤੋਂ ਠੀਕ ਨਹੀਂ ਹੁੰਦੀ, ਉਹ ਇੱਥੇ 3 ਵਾਰ ਇਸ਼ਨਾਨ ਕਰਨ ਦੇ ਨਾਲ ਠੀਕ ਹੋ ਜਾਂਦੀ ਹੈ। ਅਤੇ ਬਜ਼ੁਰਗ ਬੈਠੇ, ਬਾਬਾ ਜੀ ਇਹ ਵੀ ਦੱਸੋ ਕਿ ਇੱਥੇ ਖਾਸ ਦਿਹਾੜਾ ਵੀ ਮਨਾਇਆ ਜਾਂਦਾ ਜੇਕਰ ਕਿਸੇ ਸੰਗਤ ਨੇ ਆਉਣਾ ਹੋਵੇ? ਨਿਮਾਣੀ ਕਾਸ਼ ਹੀ ਮਨਾਉਂਦੇ ਜੀ ਸਾਲ ਬਾਅਦ, ਉਹ 18 ਹਾਰ ਦੀ ਆਉਂਦੀ ਹੈ, ਕਦੇ ਚਲੋ ਇੱਕ ਦਿਨ ਵੱਧ ਘੱਟ ਵੀ ਹੋ ਜਾਂਦੇ, ਅਤੇ ਉਹ ਦਿਨ ਅਸੀਂ ਪੱਕਾ ਮਨਾਉਂਦੇ। ਜਾਣੀ ਉਦਣ ਇੱਥੇ ਸੰਗਤ ਦਾ ਮੇਲਾ ਭਰਦਾ ਸਰ? ਅਸੀਂ ਜੀ ਅਰਦਾਸ ਬੇਨਤੀ ਕਰਦੇ ਲੋਕਾਂ ਵਾਸਤੇ ਵੀ ਸੱਚੇ ਪਾਤਸ਼ਾਹ ਜਿਵੇਂ ਤਾਂ ਇਸ ਨੂੰ ਬਣਾਇਆ, ਲੋਕ ਖੁਸ਼ ਹੋ ਕੇ ਜਾਣ, ਜਿਹੜੇ ਰੋਂਦੇ ਉਹਨਾਂ ਨੂੰ ਹੱਸਦੇ ਜਾਣ, ਆਹ ਸਾਡੀ ਅਰਦਾਸ ਹੁੰਦੀ ਹੈ। ਅਤੇ ਬਾਬਾ ਜੀ ਮੈਨੂੰ ਇਹ ਗੱਲ ਦੱਸੋ ਕਿ ਜਦੋਂ ਸੰਗਤ ਇੱਥੇ ਆਉਂਦੀ ਹੈ, ਕਈ ਜਿਵੇਂ ਤੁਸੀਂ ਮੈਨੂੰ ਦੱਸਦੇ ਸੀ ਕਿ ਪਾਣੀ ਤੋਂ ਅਲਕਤ ਨਹੀਂ ਕਰਨ, ਅਤੇ ਇਹ ਵੀ ਗੱਲ ਕੋਈ ਹੈਗੀ? ਇਹ ਗੱਲ ਪਹਿਲਾਂ ਹੈਗੀ ਜੀ, ਕਿਉਂ ਹੁਣ ਤਾਂ ਇਹਦੇ ਵਿੱਚ ਮੋਟਰ ਲੱਗ ਗਈ, ਪਾਣੀ ਸਾਫ਼ ਹੈ, ਕੋਈ ਅਲਕਤ ਵਾਲੀ ਗੱਲ ਨਹੀਂ, ਉਹ ਰੂੜੀਆਂ ਵਾਲੀਆਂ ਹੁੰਦੀਆਂ, ਅਤੇ ਕਈ ਲੋਕ ਸੂਗ ਮੰਨ ਜਾਂਦੇ, ਕਿਉਂ ਇਹਦੇ ਉੱਤੇ ਪਾਪੜੀ ਜੰਮ ਕੇ ਆ ਜਾਂਦੀਆਂ ਜੀ ਮੋਟੀ, ਉਹ ਤਾਂ ਸੂਗ ਮੰਨ ਜਾਂਦੇ ਲੋਕ, ਹੁਣ ਇਹਦੇ ਕੋਈ ਪਾਪੜੀ ਨਹੀਂ, ਪਾਣੀ ਹੈ ਸਾਫ਼ ਬਿਲਕੁਲ, ਅਤੇ ਰੰਗ ਸੋਨੂੰ ਪਾਣੀ ਦਾ ਜਿੰਦਾ ਹੀ ਆ ਕਿਹਾ ਜਾਏ, ਉੱਧਰ ਚਿੱਟਾ ਹੁੰਦਾ, ਇੱਧਰ ਹਰਾ ਹੁੰਦਾ, ਇਹ ਤੁਸੀਂ ਆਪ ਦੇਖ ਸਕਦੇ ਹੋ। ਬਾਬਾ ਜੀ ਜੇ ਮੈਂ ਗੱਲ ਕਰਾਂ ਕਿ ਸੰਗਤ ਨੇ ਜੇਕਰ ਬਹੁਤ ਦੂਰੋਂ ਆਉਂਦੀ ਹੈ ਸੰਗਤ, ਕੋਈ ਇੱਥੇ ਰਹਿਣ ਦਾ ਵੀ ਪ੍ਰਬੰਧ ਹੋ ਸਕਦਾ ਕਿ? ਗੁਰਦੁਆਰਾ ਸਾਹਿਬ ਇੱਥੇ, ਡੇਰਾ ਇੱਥੇ, ਅਤੇ ਬਾਕੀ ਦਾ ਕਮਰਾ ਇੱਕ ਨਾ ਤਾਂ ਬੰਦਾ ਸਪੈਸ਼ਲ ਕਮਰਾ ਉਹਦੇ ਵੀ ਰਹਿ ਸਕਦਾ। ਜਾਣੀ ਜੇਕਰ ਕੋਈ ਸੰਗਤ ਦੂਰ ਤੋਂ ਵੀ ਆਉਂਦੀ ਹੈ ਤਾਂ ਉਹਦਾ ਰਿਹਾਇਸ਼ ਦਾ ਪ੍ਰਬੰਧ ਵੀ ਹੋ ਸਕਦਾ ਇੱਥੇ, ਅਤੇ ਕਰ ਸਕਦੇ ਹੈ ਨਾ? ਹਾਂਜੀ ਹਾਂ, ਜਿੰਨਾ ਮਰਜ਼ੀ ਕੋਈ ਵੀ ਬੰਦਾ ਆਵੇ, ਜਿਹਨੇ ਰਹਿਣਾ ਰਹਿ ਸਕਦਾ, ਬੜੀ ਖੁਸ਼ੀ ਨਾਲ ਲੰਗਰ ਵੀ ਦਿੰਦੇ ਹਾਂ, ਚਾਹ ਪਾਣੀ ਵੀ ਦਿੰਦੇ ਹਾਂ, ਸਾਰਾ ਕੁਛ ਮਿਲਦਾ। ਬਾਬਾ ਜੀ ਮੈਨੂੰ ਇਹ ਗੱਲ ਵੀ ਦੱਸੋ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ? ਹਾਂਜੀ, ਸਾਡੇ ਉਰੇ ਆਪ ਆਏ ਨੇ ਜੀ, ਉਹ ਉਹਨਾਂ ਨੇ ਦਮ ਲਿਆ ਥੋੜ੍ਹਾ ਬਹੁਤਾ ਚਿਰ, ਇੱਥੋਂ ਕਹਾਂ ਫਿਰ ਉਹ ਗੰਢਗਾਉਂ ਚਲੇ ਗਏ। ਜਾਣੀ ਇੱਥੇ ਮੈਂ ਪਹਿਲਾਂ ਵੀ ਦੇਖ ਕੇ ਆਇਆ, ਜਦੋਂ ਪਿੰਡ ਦੀ ਸ਼ੁਰੂਆਤ ਹੁੰਦੀ ਹੈ ਤਾਂ ਗੁਰਦੁਆਰਾ ਸਾਹਿਬ ਵੀ ਇੱਥੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਮ। ਹਾਂ, ਇੱਥੇ ਸੰਤ ਬਾਬਾ ਮਕਾਨ ਦਾਸ ਜੀ ਹੋਏ ਨੇ ਸਾਡੇ, ਮੇਰੇ ਪਿਛਲੇ ਪਾਸੇ ਸਮਾਰ ਹੈ ਉਹਨਾਂ ਦੀ, ਉਹਨਾਂ ਨੇ ਇੱਥੇ ਗੰਗਾ ਮੰਗਾਈ ਹੈ ਖੁਰ, ਉਹਨਾਂ ਉਹ ਇੱਥੇ ਛੱਡਣ ਵਾਲੇ ਜੀ ਕਹਿੰਦਾ। ਅਤੇ ਬਾਬਾ ਜੀ ਜੇਕਰ ਮੈਂ ਗੱਲ ਕਰਾਂ ਕਿ ਜਿਵੇਂ ਹੁਣ ਜਿਵੇਂ ਤੁਸੀਂ ਮੈਨੂੰ ਪਹਿਲਾਂ ਦੱਸ ਰਹੇ ਸੀ ਕਿ ਇੱਥੇ ਕੱਪੜੇ ਸੰਗਤ ਆ ਕੇ ਬਹੁਤ ਸੁੱਟ ਜਾਂਦੀ ਹੈ, ਗਿੱਲੇ ਕੱਪੜੇ, ਅਤੇ ਉਹ ਦੂਸਰੀ ਸੰਗਤ ਦਾ ਵੀ ਨੁਕਸਾਨ ਕਿਤੇ ਨਾ ਕਿਤੇ ਕਰਕੇ ਜਾਂਦੀ ਹੈ, ਅਤੇ ਉਹ ਐਸੀ ਕੋਈ ਮਾਨਤਾ ਨਹੀਂ ਹੈਗੀ, ਮਾਨਤਾ ਤਾਂ ਨਹੀਂ ਹੈਗੀ ਕਿ ਲੋਕਾਂ ਨੂੰ ਵਹਿਮ ਹੈ, ਕੱਪੜੇ ਸੁੱਟਣਾ ਇੱਕ ਵਹਿਮ ਹੈ। ਹੁਣ ਤੁਸੀਂ ਆਪ ਹੀ, ਆਪਾਂ ਸਾਰੇ ਸਿਆਣੇ ਬੈਠੇ ਹਾਂ ਉਰੇ, ਜਿਹੜੇ ਬਿਸਤਰੇ 'ਚ ਉੱਠ ਕੇ ਆਉਂਦਾ ਹੈ, ਕੀ ਉੱਥੇ ਉਹ ਕੱਪੜੇ ਰਹੇ ਨਹੀਂ ਮੰਗਦਾ? ਜੇ ਉਰੇ ਸੁੱਟਣ ਨਾਲ ਹੀ ਖਰਚ ਦੂਰ ਹੁੰਦੀ ਹੈ, ਫਿਰ ਉਹ ਰਜਾਈਆਂ ਕਦੇ ਲੈ ਕੇ ਉਹਨੂੰ ਸੁੱਟਦੇ, ਉਹ ਸੁੱਟਣ ਚਾਹੀਦਾ। ਇਹ ਇੱਕ ਵਹਿਮ ਪਿਆ ਹੋਇਆ, ਕਿਸੇ ਨੇ ਗਲਤ ਗੱਲ ਹੋਈ ਹੋਈ ਹੈ ਵੀ ਇੱਥੇ ਕੱਪੜੇ ਸੁੱਟਣ ਦਾ ਮਨਾ ਹੈ, ਕੱਪੜੇ ਸੁੱਟਣਾ ਕੋਈ ਚੰਗੀ ਗੱਲ ਨਹੀਂ ਹੈਗੀ। ਚਲੋ ਜੇ ਕਿਸੇ ਨੇ ਸੁੱਟਣ ਨੇ ਪਹਿਲਾਂ ਦੂਰ ਪਾਠ ਸੁੱਟਣਾ, ਉਰੇ ਗੰਢ ਪਾਉਣਾ ਠੀਕ ਨਹੀਂ ਹੈ, ਹਾਂ ਪਵਿੱਤਰ ਜਗ੍ਹਾ। ਅਤੇ ਹੋਰ ਬਜ਼ੁਰਗ ਬੈਠੇ ਸਾਡੇ ਨਾਲ, ਅਤੇ ਇਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ। ਅਤੇ ਬਾਬਾ ਜੀ ਜੇਕਰ ਮੈਂ ਤੁਹਾਡੇ ਨਾਲ ਗੱਲ ਕਰਾਂ ਕਿ ਜਦੋਂ ਇੱਥੇ ਸੰਗਤ ਆਉਂਦੀ ਹੈ, ਤੁਹਾਨੂੰ ਸੰਗਤ ਤੁਸੀਂ ਇੱਥੇ ਰਹਿੰਦੇ ਬੈਠਦੇ ਹੁੰਦੇ ਹੋ ਸੱਤ ਦੇ ਵਿੱਚ, ਜਦੋਂ ਸੰਗਤ ਤੀਜੀ ਜਾਂ ਚੌਥੀ ਵਾਰ ਇੱਥੇ ਆਉਂਦੀ ਹੈ, ਦੱਸਦੀ ਹੈ ਕਿ ਸਾਡੇ ਬਹੁਤ ਜ਼ਿਆਦਾ ਚਮੜੀ ਅਤੇ ਖਾਰਿਸ਼ ਸੀ, ਹੁਣ ਠੀਕ ਹੈ? ਹਾਂਜੀ ਹਾਂ, ਬੜੀ ਬਹੁਤ ਚੌ ਨਾਲ ਵੰਡ ਕੇ ਜਾਂਦੇ ਸਰੀਰ ਨਹੀਂ ਵੀ। ਹਾਂਜੀ, ਸਾਡੇ ਅਸੀਂ 5 ਜੀ ਨਹਾ ਕੇ ਗਏ ਸੀ, 4 ਜੀ ਨਹਾ ਕੇ ਗਏ, ਸਾਡੀ ਬਿਲਕੁਲ ਪਵਿੱਤਰਤਾ ਹੋ ਗਈ ਸੀ। ਦੱਸ ਕੇ ਜਾਂਦੇ ਨੇ ਵੀ ਅਸੀਂ ਸਰੀਰ ਨਹੀਂ ਵੰਡ ਕੇ ਜਾਂਦੇ ਨੇ, ਪੁੱਛਦੇ ਨੇ ਵੀ ਕਿਤੇ 4 ਪੈਸੇ ਪਾਉਣੇ ਹੁਣ, ਵੀ 4 ਪੈਸੇ ਪਾਉਣੇ ਨੇ, ਉਹ ਉੱਥੇ ਛੋਟਾ ਜਿਹਾ ਗੱਲਾ ਐਡਾ ਕੁ ਲੱਗਿਆ ਹੋਇਆ ਸੀ ਕਿ ਵੀ ਜੇ ਸਰਦਾ 5-7 ਰੁਪਏ 'ਚ ਪਾ ਦੇਣੇ ਜਵਾਕਾਂ ਨੂੰ ਵੰਡ ਜਾਓ। ਇੱਥੇ ਬਜ਼ੁਰਗ ਬੈਠੇ ਹੋਰ, ਬਜ਼ੁਰਗ ਇਹ ਗੱਲ ਮੈਨੂੰ ਦੱਸੋ ਕਿ ਇੱਥੇ ਵੰਡਣਾ ਕੀ ਹੁੰਦਾ ਹੈਗਾ ਜਦੋਂ ਸੰਗਤ ਆਉਂਦੀ ਹੈ? ਵੰਡਣਾ ਕੁਛ ਵੰਡਦਾ ਜੀ, ਜਿਹੜਾ ਮਿਲ ਗਿਆ ਦੁਕਾਨ ਤੋਂ। ਹਾਂ, ਪਤਾਸੇ ਵੰਡਣੇ ਮਿਲਿਆ ਸਰ। ਦੱਸਿਓ ਕੀ ਵੰਡਣਾ ਚਾਹੀਦਾ ਸੰਗਤ? ਘਰੋਂ ਆਪਾਂ ਸ਼ੱਕਰ ਵੀ ਲਿਆਉਂਦੇ, ਗੁੜ ਵੀ ਲਿਆਉਂਦੇ, ਹੁਣ ਪਤਾਸੇ ਖੇਲਾਂ ਚੱਲ ਰਹੀਆਂ ਨੇ, ਇਹ ਵੰਡ ਜਾਂਦਾ, ਜੋ ਜਿਹੀ ਜੀ ਸਰਦਾ ਉਹੀ ਜੀ ਵੰਡ ਦਿਓ। ਵੰਡਣਾ ਉਹ ਪਹਿਲੀ ਵਾਰ ਹੈ, ਦੂਜੀ ਵਾਰ ਹੈ, ਤੀਜੀ ਵਾਰ ਆ? ਪਿਛਲੀ ਵਾਰ ਨਹਾ ਕੇ ਵੰਡ ਜਾਓ ਬਸ, ਜੇ ਆਪਾਂ 2 ਵਾਰ ਨਹਾ ਲਏ, ਤੜਕੇ ਨਹਾ ਕੇ ਜਾਣਾ ਉਦੋਂ ਜਾਂਦੇ ਹੋਏ ਵੰਡ ਜਾਓ, ਤੀਜੀ ਵਾਰ। ਅਤੇ ਬਾਬਾ ਜੀ ਇੱਕ ਵਾਰ ਮੈਨੂੰ ਪਿੰਡ ਦਾ ਪੂਰਾ ਪਤਾ ਜ਼ਰੂਰ ਦੱਸੋ, ਕਿਉਂਕਿ ਸੰਗਤ ਵੀ ਦੇਖ ਲਓਗੀ ਕਿਹੜਾ ਪਿੰਡ ਹੈ ਅਤੇ ਕਿਹੜੇ ਕਿਹੜੇ ਇਹਦੇ ਸ਼ਹਿਰ ਨੇੜੇ ਪੈਂਦੇ ਆ, ਦੱਸਿਓ ਮਾੜਾ। ਪਿੰਡ ਕਣਕਵਾਲ ਭੰਗੂਆਂ ਜੀ, ਨੇੜੇ ਸ਼ਹਿਰ ਲਹਿਰਾ, ਸੁਨਾਮ,
चीमा बलाडा ये सारे शहर थोड़े किलो करो दो चार चार किलोमीटर ही फर्क है इन्हों एक ही वार्ड वाग भी पी है ये हरियाणे चो आना तो मूनकले रस्ते आ सकता है। हाँ जी मूनक तो लहरा होगी जो चंडीगढ़ वालों आना है तो वाया पटियाला होके सनाम आ जूगा जे इधरों आना अपने अमृतसर वालों तो इधर सीधा चीमा संगरूर तो चीमा आ जाता है जिला साडा संगरूर है तो पिंड कणकवाल है भंगुआ। सो ये पिंड कणकवाल भंगुआ जिला संगरूर ये नेड़े दे शहर है सनाम चीमा मंडी लहरा गागा तो बुढ़लाडा ये सारे शहरों तो यह तकरीबन 20 किलोमीटर की दूरी है। जिहड़ी भी संगत देख रही है ना वो संगत एड्रैस जरूर नोट कर ले ये पिंड का तो इतने सरोवर है जो तो पिंड आओगे तो एक बार ये पूछ लियो कि चमड़ी का रोग जिते ठीक होंगे खारिश ठीक होंगी उत्थे सरोवर से जाना है तो पिंड के लोग थोड़ा आप ही इस जगह के उत्ते लैके छड़ जाएंगे। की इतिहास रहिंदा सरोवर का उस तो संगत को जाणू करवा दें। धन धन श्री गुरु तेग बहादुर जी धन धन बाबा मुकान दास जी पहला पहला इस जगह पर संतां दा डेरा सी उन्हां कोल एक यात्री आया सी जो खारिश नाल बहुत दुखी सी। उसने कहा कि मैं हरिद्वार जावांगा ते नदी विच डुब के मरांगा। संतां ने कहा भाई तू इस छप्पड़ विच नहाल है। उसने इशनान कीता तां उसकी खारिश ठीक हो गई। इस छप्पड़ विचों गुरु तेग बहादुर जी ने पानी मंगवा के पीता सी। 1682 ईस्वी विच पिंड बीमारी पै गई। संत बाबा मुकंद दास जी ने इस छप्पड़ की पटाई करवा के पक्का किया। वो टाइम सारिया संगतां ने इशनान किया सारिया संगतां दे दुख दूर हो गए। बाबा मुकंद दास जी ने गंगा मैया प्रगट करके अपनी भगती प्रतख की सी। हुण संगतां हर शनिवार ते ऐतवार नहाउण आउंदियां हन। इत्थे नहाउण नाल खारिश की बीमारी खत्म हो जाती है। इस सरोवर का नाम कपूरसर नाल प्रसिद्ध है। इस जगह पर हर निर्जला अकादमी नूं संगतां वल्लों श्री गुरु ग्रंथ साहब जी दे अखंड पाठ अते ठंडे जल दी छबील समूह संगत वल्लों लगाई जांदी है। इत्थे एक खास बड़ी गल आखी गई है कि नोट इशनान करन वालियां संगतां इत्थे अपने पुराने कपड़े सुट्टण तों परहेज़ करन जी। ये सरोवर दा इतिहास है जिहड़ा इत्थे लिखिया होया है पिंड कणकवाल भंगुआ जिला संगरूर दे विच। वीडियो नूं अगे तों अगे शेयर करियो तां कि लोड़वंद ने जिहड़े रोगी ने चामड़ी के रोगों तो वह ठीक हो सकन। उम्मीद है गलबात पसंद आई होगी। जुड़े रहो सफर टीवी के नाल। धन्यवाद।